लग गया डुब चुप चुप रहनिया उद याद सतावे अर वेले मकी दसों रोग मैं कीड़ा लग गया ससी ने भी प्यार वाली हद कर चढ़ी जे रब गुलजार होती जान की मैं कड़ी है फिर भी न मैं लिया बड़ा दुख सिया मैं की दसों रोग मैं कड़ा लग गया मैं इसलिए गा है कि असा गरीब है साढ़े को अट्टा नहीं ली जाने गरीब की जरूरत कोई नहीं पे जुटी ले लो ये जुत्ती मैं बड़ी मुश्किल ली ये भी भाई श्वेत दी मदद की अच्छा भाई श्वेत मेरी बड़ी मदद करेंगे अच्छा जी उन घर दे कोई मामला बेहतर होंगे पहन नहीं नहीं अच्छा बड़ी मुश्किल चल रही अच्छा जी तिया रानिया है ओ मेरे यहाँ सुने यार बजनियों ते जिन्ना ले जानिया लगा दिल ते तीर विचोड़ दा खुदा दुख सी है कई साल तेरे याद दे विच रो रो के कर बैठिया अखियां लाल तेरी हर एक रात ते कसम खुदा दी विच गैदर दा दे जाले कदे मिल सा आवे खसलम दयाल NY की न्यूज सब्सक्राइब नाउ अस्सलाम वालेकुम नाज़रीन आपका मेज़बान वसीम प्यारे आपकी खिदमत में हाजिर है मेरे साथ मौजूद है निकू जो कि टिकटॉक की जीनत है टिकटॉक पर काफ़ी वायरल है आज हम उससे पूछते हैं कि इसने अपने ये सफर का आगाज कैसे किया अस्सलाम वालेकुम निकू वालेकुम सलाम निकू की हाल है ठीक है ठीक ਨਿੱਕੂ ਬੜਾ ਵਾਇਰਲ ਹੋ ਗਿਆ ਯਾਰ ਤੂੰ ਟਿਕਟੌਕ ਤੇ ਜੀ ਜੀ ਤੇ ਇੱਕ ਹੈ ਇਹ ਬੇ ਸ਼ੇਦ ਦੀ ਮਦਦ ਸੇ ਅੱਛਾ ਅੱਛਾ ਮੈਂ ਗਰੀਬ ਹਾਂ ਭਾਈ ਸ਼ੇਬ ਪਾਰਕ ਦੇ ਵਿੱਚ ਹੈ ਨਹੀਂ ਕਿਉਂਕਿ ਹਸਪੀਟਲ ਉਹ ਚੰਦੇ ਪੈ ਨਹੀਂ ਉਹਨਾਂ ਦੇ ਕੋਈ ਬਾਲ ਜਮਾ ਤੇ ਉਹਨਾਂ ਦੀ ਫੈਲ ਮੇ ਥੱਕ ਗਈ ਉਹਨਾਂ ਕਹੇ ਭਾਈ ਕੋ ਥੋੜਾ ਪਾਰਕ ਵਿੱਚ ਘੁੰਮ ਸਕੂਨ ਕਰ ਲਈਏ ਹਾਂ ਤੇ ਉਹ ਆਏ ਮੈਂ ਰੋਂਦਾ ਬੈਠਾ ਹਾਂ ਉਹਨਾਂ ਕੁਝ ਮੈਨੂੰ ਪੈਸੇ ਦਿੱਤੇ ਕਿਉਂ ਰੋ ਰਹੇ ਮੈਂ ਆਖਾ ਮੈਨੂੰ ਕੋਈ ਬੰਦਾ ਪਰੇਸ਼ਾਨ ਕੀਤਾ ਤਾਂ ਰੋ ਰਹੇ ਕਹੇ ਪਰੇਸ਼ਾਨ ਕੀਤਾ ਨਹੀਂ ਕਰੂੰ ਕਛੂਰਾ ਤੇ ਮੈਂ ਸੋਚਿਆ ਉਹਨਾਂ ਭਾਈ ਸ਼ੁਏਬ ਮੈਨੂੰ ਪੈਸੇ ਦਿੱਤੇ ਥੋੜੇ ਜਿਹੇ ਤੇ ਉਹ ਮੈਂ ਜੇਬ ਵਿੱਚ ਗੱਤ ਲੈ ਤੇ ਭਾਈ ਸ਼ੁਏਬ ਜਾਣ ਲੱਗੇ ਮੈਂ ਕਿਹਾ ਭਾਈ ਭਾਈ ਰੁਕੋ ਰੁਕੋ ਇੱਕ ਸਕਿੰਟ ਤਾਂ ਰੁਕੋ ਉਹਨਾਂ ਰੁਕੇ ਵੀਡੀਓ ਮੈਂ ਕਿਹਾ ਇੱਕ ਗਾਣਾ ਰਿਲੇਟ ਕਰ ਲਓ ਤੇ ਤੁਹਾਨੂੰ ਬੜੇ ਵਿਊ ਆਣਗੇ ਆਖੇ ਨਹੀਂ ਅੱਛਾ ਹਾਂ ਔਰ ਇੱਕ ਤੈਨੂੰ ਪਤਾ ਵਿਊ ਆਣਨ ਜੀ ਲੈ ਇੱਕ ਵੀਡੀਓ ਬਣਾ ਤੇ ਵਗ ਗਿਆ ਉਹ ਕਿਹੜੀ ਵੀਡੀਓ ਮੈਂ ਸੁਣਾ ਆਖਾ ਸਾਡੇ ਵੀਵਰ ਨੂੰ 10 lakh ਚ ਓਏ ਸੁਣਾ ਦੇ ਮੈਂ ਕੀ ਦੱਸਾਂ ਰੋਗ ਮੈਂ ਕਿਹੜਾ ਲੱਗ ਗਿਆ ਡੁੱਬ ਚੁੱਪ ਚੁੱਪ ਰਹਿਨੀਆਂ ਉਦ ਯਾਦ ਸਤਾਵੇ ਅਰ ਵੇਲੇ ਮੈਂ ਕੀ ਦੱਸਾਂ ਰੋਗ ਮੈਂ ਕਿਹੜਾ ਲੱਗ ਗਿਆ ਸੱਸੀ ਨੇ ਵੀ ਪਿਆਰ ਵਾਲੀ ਹੱਦ ਕਰ ਛੱਡੀ ਜੇ ਰੱਬ ਗੁਲਜ਼ਾਰ ਉਹਦੀ ਜਾਨ ਕਿਵੇਂ ਕੱਢੀ ਐ ਫਿਰ ਵੀ ਨ ਮੈਂ ਲਿਆ ਬੜਾ ਦੁੱਖ ਸਿਆ ਜੇ ਮੈਂ ਕੀ ਦੱਸਾਂ ਰੋਗ ਮੈਨੂੰ ਕਿਹੜਾ ਲੱਗ ਗਿਆ ਵਾਹ 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 ਕੀ ਬਾਤ ਹੈ ਨਿੱਕੂ ਇੰਨੀ ਸੋਹਣੀ ਆਵਾਜ਼ ਇਹ ਤੂੰ ਕਿੱਥੋਂ ਸਿੱਖੀ ਹੈ ਆਪਣੇ ਵਾਲੇ ਸਾਹਿਬ ਕਿਉਂ ਬਈ ਗੁਰ ਆਵਾਜ਼ ਹਾਂ ਤਬਲਾ ਵਾ ਗਾਉਣਾ ਵਾਜਾ ਇਹ ਮੇਰੇ ਵਾਲੇ ਸਾਹਿਬ ਨੇ ਸਿਖਾਈ ਤੁਹਾਡੇ ਘਰ ਵਾਜਾ ਵੂਜਾ ਸਾਰਾ ਕੁਝ ਹੈ ਨਹੀਂ ਨਹੀਂ ਇਹ ਮੇਰੇ ਪਿਓ ਦੇ ਉਸਤਾਦ ਦਾ ਵਾਦਾ ਹੀ ਉਸ ਸਿੱਖ ਲਿਆ ਅੱਛਾ ਤੇ ਫਿਰ ਮੈਂ ਕੌਣ ਸਿੱਖਾ ਥੋੜੇ ਜਿਹਾ ਹੀ ਸਿੱਖੇ ਤੇ ਮੈਂ ਗਮ ਤਾਂ ਗਾਇਆ ਅੱਛਾ ਮੈਂ ਇਸ ਲਈ ਗਾਇਆ ਕਿ ਅਸਾਂ ਗਰੀਬ ਹੈ ਸਾਡੇ ਕੋਲ ਅੱਟਾ ਨਹੀਂ ਲੀ ਜਾਂਦੇ ਅੱਛਾ
करीब दी है जरूरत कोई नहीं भाई जुत्ती ले ले। ओए होए होए होए। ये जुत्ती मैं बड़ी मुश्किल ले। अभी भाई शुएब दी मदद थी। अच्छा। भाई शुएब मेरी बड़ी मदद करी दी। अच्छा। जी। उन घर दे कोई मामला बेहतर होंदे पेन? नहीं नहीं। अच्छा। बड़ी मुश्किल चल दे। अच्छा। जी। चलो अल्लाह पाक करम कसी ते तू केड़े सिंगर नु पसंद करदा है पाकिस्तान दे केड़ा सिंगर के पसंद करना तू? उस्ताद अकरम फरीदी साहब। अकरम फरीदी साहब जी। ਤੁਸੀਂ ਉਹਨਾਂ ਦਾ ਗਾਣਾ ਨਹੀਂ ਗਾਇਆ ਤੇ ਉਹ ਕੋਈ ਮਸਲਾ ਬਣ ਗਿਆ ਉਹ ਹੱਲ ਹੋ ਗਿਆ? ਨਹੀਂ ਹਾਂ ਹੋ ਗਿਆ। ਹੋ ਗਿਆ ਜੀ। ਅਕਰਮ ਫਰੀਦ ਸਾਹਿਬ ਦੇ ਬਾਰੇ ਤੁਸੀਂ ਕੀ ਆਖਣਾ ਚਾਹੁੰਦੇ ਹੋ? ਅਕਰਮ ਫਰੀਦ ਨੂੰ ਇਹ ਆਉਣਾ ਚਾਹੁੰਦੇ ਕਿਉਂਕਿ ਭਈ ਅਕਰਮ ਫਰੀਦੀ ਤੇ ਸਾਡਾ ਜਿਹੜਾ ਮਾਮਲਾ ਹੈ ਰੋਲਾ ਹੈ ਨਾ ਉਹ ਖਤਮ ਹੋ ਗਿਆ। ਆ ਉਹ ਸੁਣਿਆ ਤਾਂ ਉਹਨਾਂ ਦੀ ਇੱਕ ਵੀਡੀਓ ਵੀ ਆਈ ਹੈ ਕਿ ਤੈਨੂੰ ਉਹਨਾਂ ਆਪਣੇ ਕੋਲ ਬੁਲਾਇਆ ਉੱਥੇ ਤੇਰੇ ਨਾਲ ਗਾਣਾ ਕਰ ਰਹੇ ਤੂੰ ਹੁਣ ਜਾ ਰਿਹਾ ਉਹਨਾਂ ਕੋਲ? ਨਹੀਂ। ਕਿਉਂ ਜਾ ਰਿਹਾ? ਕਿਉਂਕਿ ਹਾਲਾਤ ਖਰਾਬ ਹੈ। ਹਾਲਾਤ ਖਰਾਬ ਹੈ ਜੀ। ਚਲੋ ਅੱਲਾ ਪਾਕ ਕਰਸੀ ਹਾਲਾਤ ਠੀਕ ਹੋ ਜਾਸਨ। ਇਹਦਾ ਤੂੰ ਇੱਕ ਪਰਦੇਸੀਆਂ ਤੇ ਗਾਣਾ ਗਾਇਆ ਕਿ ਪਰਦੇਸੀਆਂ ਤੇ ਉਹ ਗਾਣਾ ਤੇ ਸੁਣਾ ਸਨ ਪਰਦੇਸੀਆਂ ਤੇ ਦੋੜੇ ਆਖ ਸਕਣਾ ਦੋੜੇ ਹੀ ਸੁਣਾ ਦੇ ਦੋ ਕੇ ਇੱਕ ਦੋ ਸੁਣਾ ਦੇ ਲੱਗਾ ਦਿਲ ਤੇ ਤੀਰ ਵਿਚੋੜ ਦਾ ਖੁਦ ਦੁੱਖ ਸੀ ਏ ਕਈ ਸਾਲ ਤੇਰੀ ਯਾਦ ਦੇ ਵਿੱਚ ਰੋ ਰੋ ਕੇ ਕਰ ਬੈਠੀਆਂ ਅੱਖੀਆਂ ਲਾਲ ਤੇਰੀ ਹਰ ਇੱਕ ਰਾਤ ਤੇ ਕਸਮ ਖੁਦਾ ਦੀ ਵਿੱਚ ਗਏ ਦਰਦਾਂ ਦੇ ਜਾਲੇ ਉਹ ਕਦੇ ਆਉਣ ਕੇ ਮਿਲ ਸਾ ਉਜੜਿਆਂ ਨੂੰ ਆਵੇ ਕਸਲਮ ਦਿਆਲ। ਵਾਹ 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 ਕੀ ਬਾਤ ਨਾਜ਼ੀ ਨੇ ਉਹ ਨਿੱਕੂ ਬੱਚਾ ਹੈ ਜਿਹਨੇ ਟਿਕਟੋਕ ਤੇ ਗਾਣਾ ਗਾਇਆ ਤੇ ਬੜਾ ਹੀ ਵਾਇਰਲ ਹੋਇਆ। ਆਖਰ ਤੇ ਇਹਦੇ ਕੋਲ ਸੁਣਦੇ ਹਾਂ ਦੀਆਂ ਤੇ ਗਾਣਾ ਗਾਉਂਦਾ ਹੈ ਉਹ ਸੁਣ ਕੇ ਇਹਦੇ ਕੋਲ ਲੈਂਦੇ ਹਾਂ ਅਸੀਂ ਇਜਾਜ਼ਤ। ਕਿਹੜਾ ਸੁਣਾਉਂ? ਦੀਆਂ ਰਾਣੀਆਂ ਦਾ ਥੋੜਾ ਜੀ। ਤੂੰ ਇੱਕ ਬੋਲ ਸੁਣਾ ਦੇ ਬਸ ਇੱਕ ਸ਼ੇਰ। ਦੀਆਂ ਰਾਣੀਆਂ ਦੀਆਂ ਰਾਣੀਆਂ ਹੈ ਉਹ ਮੇਰੀਆਂ ਸੁਣਿਆ ਰੱਬ ਜੰਮੀਆਂ ਤੇ ਜਿਨ੍ਹਾਂ ਲੈ ਜਾਣੀਆਂ ਦੀਆਂ ਰਾਣੀਆਂ। ਵਾਹ ਵਾਹ ਕਿਆ ਬਾਤ ਹੈ ਨਾਜ਼ਰੀਨ ਉਹ ਨਗੀਨਾ ਹੈ ਇੱਕ ਉਹ ਮਾਸ਼ਾਅੱਲਾ ਸ਼ੁਏਬ ਭਾਈ ਦੀ ਮਿਹਨਤ ਹੈ ਜਿਹੜੀ ਰੰਗ ਦਿਸਦਾ ਪੇਪਰ ਰੰਗ ਲੈ ਕੇ ਆ ਗਈ ਹੈ। ਤੁਸੀਂ ਕੋਸ਼ਿਸ਼ ਕਰਨੀ ਹੈ ਇਹਨਾਂ ਦੀ ਜਿਸ ਹੱਦ ਤੱਕ ਹੈਲਪ ਹੋ ਸਕੀ ਕਰਨੀ ਹੈ। ਇੱਕ ਤੁਸੀਂ ਹੈਲਪ ਇੱਦਾਂ ਵੀ ਕਰ ਸਕਦੇ ਹੋ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਲਾਈਕ ਕਰਕੇ ਤਾਂ ਕਿ ਉਹਨੂੰ ਮਜ਼ੀਦ ਲੋਕ ਸੁਣਨ ਅਤੇ ਇਸ ਬੱਚੇ ਦੀ ਜਿਹੜੀ ਆਡੀਅੰਸ ਹੈ ਵਧੇ ਅਤੇ ਬੱਚੇ ਦਾ ਨਾਮ ਮਜ਼ੀਦ ਬਰਕਰਾਰ ਰਹੇ। ਤੂੰ ਮੇਰੇ ਚਾਹੁੰਦੇ ਕੰਮ ਜਾਰੀ ਰੱਖਣਾ ਹੈ ਇੱਕ ਦਿਨ ਉਹ ਸੀ ਕਿ ਤੇਰਾ ਨਾਮ ਹੋ ਸੀ ਜੀ ਜੀ ਠੀਕ ਹੋ ਗਿਆ ਜੀ। ਨਾਜ਼ਰੀਨ ਆਪਣੇ ਮੇਜ਼ਬਾਨ ਵਸੀਮ ਪਿਆਰ ਨੂੰ ਜਾਇਦ ਅੱਲਾ ਹਾਫਿਜ਼।